ਹੁਣ ਕੀ ਹੋਇਆ? ਉਹ ਨਿੰਮੋ ਕਰਮੇ ਨੂੰ ਮਨਾਉਣ ਵਾਸਤੇ ਉਹਦੇ ਪਿੱਛੇ ਗਈ ਹੈ। ਤੇ ਮੈਂ ਕੀ ਕਰਾਂ? ਤੁਸੀਂ ਜਾ ਕੇ ਨਿੰਮੋ ਨੂੰ ਮਨਾ ਲਿਆਓ। ਕਿਹਨੂੰ ਮਨਾ ਕੇ ਲੈ ਕੇ ਆਵਾਂ ਹੈ, ਜਿਹੜੀ ਸਭ ਦੇ ਸਾਹਮਣੇ ਮੇਰੇ ਹੱਥੇ ਅੰਗੂਠੀ ਰੱਖ ਕੇ ਚਲੀ ਗਈ? ਤੂੰ ਚਾਹੁੰਦੀ ਹੈ ਮੈਂ ਉਹਨੂੰ ਮਨਾ ਕੇ ਲੈ ਕੇ ਆਵਾਂ? ਤੇ ਬੱਚਿਆਂ ਦਾ ਆਪਣੇ ਮਾਂ ਪਿਓ ਵੱਲ ਕੋਈ ਵੀ ਫਰਜ਼ ਨਹੀਂ ਬਣਦਾ, ਇਹ ਵੀ ਇਹਨਾਂ ਨੂੰ ਮਾਂ ਪਿਓ ਹੀ ਦੱਸਣਗੇ। ਵੇਖੋ ਜੀ, ਇਸ ਵਿੱਚ ਨਿੰਮੋ ਦਾ ਕੋਈ ਕਸੂਰ ਨਹੀਂ, ਸਾਨੂੰ ਆਪਣੇ ਅੰਦਰ ਝਾਕ ਕੇ ਵੇਖਣਾ ਚਾਹੀਦਾ। ਤੁਹਾਨੂੰ ਯਾਦ ਹੈ ਤੁਸੀਂ ਨਿੰਮੋ ਨੂੰ ਕਰਮੇ ਬਾਰੇ ਕੀ ਕਿਹਾ ਸੀ? ਲੱਗਦਾ ਹੈ ਉਹ ਆ ਗਈ ਹੈ। ਵੇਖੋ ਜੀ, ਹੁਣ ਭਾਵੇਂ ਕੁਝ ਵੀ ਹੋਵੇ, ਤੁਸੀਂ ਚੱਲ ਕੇ ਉਹਨੂੰ ਸਭ ਕੁਝ ਸੱਚ ਸੱਚ ਦੱਸ ਦਿਓ। ਆਹੋ ਹਾਂ, ਮੈਂ ਝੂਠ ਬੋਲਿਆ ਸੀ, ਮੈਂ ਝੂਠ ਬੋਲਿਆ ਸੀ ਕਿ ਕਰਮਾ ਵਿਆਹ ਕਰਾ ਕੇ ਕੈਨੇਡਾ ਚਲਾ ਗਿਆ, ਕਿਉਂਕਿ ਸੁੱਖੇ ਦੇ ਖਾਨਦਾਨ ਦੇ ਨਾਲ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤਾਲੁਕ ਨਹੀਂ ਰੱਖਣਾ ਚਾਹੁੰਦਾ ਸੀ। ਔਰ ਤੂੰ ਵੀ ਇਹ ਨਾ ਭੁੱਲੀ ਕਿ ਤੇਰਾ ਰਿਸ਼ਤਾ ਪਾਲ ਦੇ ਨਾਲ ਪੱਕਾ ਹੋ ਚੁੱਕਿਆ। ਤੇ ਤੁਸੀਂ ਵੀ ਨਾ ਭੁੱਲੋ ਪਾਪਾ ਕਿ ਪਿੰਡ ਛੱਡਣ ਤੋਂ ਪਹਿਲਾਂ ਤੁਸੀਂ ਖੁਦ ਕਰਮੇ ਨਾਲ ਮੇਰਾ ਰਿਸ਼ਤਾ ਪੱਕਾ ਕੀਤਾ ਸੀ। ਤੂੰ ਇਹ ਚਾਹੁੰਦੀ ਹੈ ਕਿ ਮੈਂ ਪੁਰਾਣੇ ਜ਼ਮਾਨੇ ਦੀਆਂ ਪੁਰਾਣੀਆਂ ਕਬਰਾਂ ਨੂੰ ਫੇਰ ਪੁੱਟਾਂ, ਉਹਨਾਂ ਵਿੱਚੋਂ ਮੁਰਦੇ ਕੱਢਾਂ, ਫੇਰ ਉਹਨਾਂ ਨਾਲ ਗੱਲਬਾਤ ਕਰਾਂ? ਨਾ, ਜਿਹੜੇ ਪਿੰਡ ਦੀਆਂ ਗਲੀਆਂ ਨੂੰ ਮੈਂ ਡਰਾਉਣਾ ਸਪਨਾ ਸਮਝ ਕੇ ਭੁੱਲ ਜਾਣਾ ਚਾਹੁੰਦਾ ਸੀ, ਉਹ ਗਲੀਆਂ ਦੀ ਫੇਰ ਤੋਂ ਮੈਨੂੰ ਯਾਦ ਕਰਾਉਣਾ ਚਾਹੁੰਦੀ ਹੈ? ਮੈਂ ਯਾਦ ਦਿਵਾਉਣਾ ਚਾਹੁੰਦੀ ਹਾਂ ਉਸ ਵਾਅਦੇ ਦੀ ਜਿਹੜਾ ਤੁਸੀਂ ਸੁੱਖੇ ਵੀ ਨਾਲ ਕੀਤਾ ਸੀ, ਤੇ ਮੈਂ ਨਿਭਾਵਾਂਗੀ ਉਸ ਰਿਸ਼ਤੇ ਨੂੰ ਜਿਹੜਾ ਮੈਂ ਕਰਮੇ ਨਾਲ ਬਚਪਨ ਵਿੱਚ ਜੋੜਿਆ ਸੀ। ਤੇਰਾ ਆਪਣੇ ਮਾਂ ਪਿਓ ਵੱਲ ਕੋਈ ਵੀ ਫਰਜ਼ ਨਹੀਂ ਬਣਦਾ, ਜਿਨ੍ਹਾਂ ਨੇ ਤੈਨੂੰ ਪੜ੍ਹਾਇਆ ਲਿਖਾਇਆ ਵੱਡਾ ਕੀਤਾ। ਸਾਰੀ ਉਮਰ ਅਹਿਸਾਨ ਮੰਦ ਰਵਾਂਗੀ ਪਾਪਾ ਮੈਂ ਤੁਹਾਡੀ, ਜਿਨ੍ਹਾਂ ਦੇ ਇੱਕ ਝੂਠ ਨੇ ਮੇਰੇ ਦਿਲ ਵਿੱਚ ਮੇਰੇ ਹੀ ਪਿੰਡ ਲਈ ਨਫ਼ਰਤ ਪੈਦਾ ਕਰ ਦਿੱਤੀ। ਐਂਡ ਆਈ ਐਮ ਵੈਰੀ ਗ੍ਰੇਟਫੁਲ ਟੂ ਕਰਮਾ ਜਿਹਨੇ ਉਸ ਨਫ਼ਰਤ ਨੂੰ ਦੁਬਾਰਾ ਪਿਆਰ ਵਿੱਚ ਬਦਲ ਦਿੱਤਾ। ਮੈਂ ਸੱਚ ਕਹਿ ਰਹੀ ਹਾਂ ਪਾਪਾ, ਆਪਣੇ ਪ੍ਰਤੀ ਜਿਹੜਾ ਪਿਆਰ ਮੈਂ ਕਰਮੇ ਦੀਆਂ ਅੱਖਾਂ 'ਚ ਵੇਖਿਆ, ਉਹਨੇ ਮੇਰੇ ਦਿਲ ਦਿਮਾਗ ਤੋਂ ਪਾਲ ਦਾ ਨਾਂ ਹਮੇਸ਼ਾ ਹਮੇਸ਼ਾ ਲਈ ਮਿਟਾ ਦਿੱਤਾ। ਮੰਮੀ, ਤੁਸੀਂ ਤਾਂ ਆਪਣੀ ਧੀ ਨੂੰ ਜਾਣਦੇ ਹੋ ਕਿ ਉਹ ਕਦੇ ਕੋਈ ਗਲਤ ਕੰਮ ਨਹੀਂ ਕਰੇਗੀ। ਹਾਂ ਪੁੱਤਰ, ਤੇ ਮੇਰੇ ਵੱਲੋਂ ਪਾਪਾ ਨੂੰ ਇਹ ਸਮਝਾ ਦੇਣਾ ਕਿ ਵਿਆਹ ਸ਼ਾਦੀ ਇੱਕ ਕੁੜੀ ਦੀ ਜ਼ਿੰਦਗੀ ਵਿੱਚ ਅਹਿਮ ਮੋੜ ਹੁੰਦਾ ਹੈ, ਤੇ ਉਹ ਮੋੜ ਮੈਂ ਕਰਮੇ ਦਾ ਹੱਥ ਫੜ ਕੇ ਮੁੜ ਚੁੱਕੀ ਹਾਂ। ਤੂੰ ਤੇ ਜਾਣਨਾ ਮੈਂ ਜ਼ਿੱਦੀ ਆਦਮੀ ਆ, ਇੱਕ ਵਾਰੀ ਕਹਿਤਾ ਤੇ ਕਹਿਤਾ, ਗੱਲ ਖਤਮ ਇੱਕਦਮ। ਠੀਕ ਹੈ, ਹਾਂ ਕੀ ਹੋਇਆ, ਰੋਈ ਕਿਉਂ ਜਾਨੀ ਹੈ, ਗੱਲ ਕੀ ਹੋਈ ਹੈ? ਧੀ ਦਾ ਦੁੱਖ ਤਾਂ ਇੱਕ ਮਾਂ ਹੀ ਸਮਝ ਸਕਦੀ ਹੈ, ਤੁਹਾਨੂੰ ਤਾਂ ਉਹਦੀ ਕੋਈ ਫਿਕਰ ਹੀ ਨਹੀਂ ਹੈ ਨਾ। ਓਹੋ, ਤੁਹਾਨੂੰ ਪਤਾ ਵੀ ਹੈ ਸਾਡੀ ਨਿੰਮੀ ਨੇ 3 ਦਿਨਾਂ ਤੋਂ ਕੁਝ ਵੀ ਨਹੀਂ ਖਾਧਾ। ਤੂੰ ਤਾਂ ਕਮਾਲ ਦੀ ਗੱਲ ਕਰਦੀ ਪਈ ਹੈ, ਤੂੰ ਸਮਝਦੀ ਮੈਂ ਪੱਥਰ ਦਿਲ ਇਨਸਾਨ ਆ? ਨਿੰਮੋ ਨੇ ਖਾਣਾ ਨਹੀਂ ਖਾਦਾ, ਉਹਦੀ ਆਪਣੀ ਮਰਜ਼ੀ, ਇਸ ਮੇਰਾ ਕੋਈ ਕਸੂਰ ਨਹੀਂ। ਉਹ ਵੀ ਤੁਹਾਡੇ ਵਾਂਗ ਜ਼ਿੱਦੀ ਏ, ਤੁਸੀਂ ਵੇਖ ਲੈਣਾ ਉਹ ਵਿਆਹ ਕਰੇਗੀ ਤਾਂ ਕਰਮੇ ਨਾਲ, ਕਿਸੇ ਹੋਰ ਨਾਲ ਨਹੀਂ। ਵੇਖੋ ਜੀ, ਵਾਹਿਗੁਰੂ ਨੇ ਸਾਨੂੰ ਇੱਕੋ ਇੱਕ ਧੀ ਬਖਸ਼ੀ ਏ, ਸਾਨੂੰ ਤਾਂ ਉਹਦੀ ਖੁਸ਼ੀ ਚਾਹੀਦੀ ਏ ਨਾ। ਕੀ ਫਰਕ ਪੈਂਦਾ ਏ ਉਹ ਕਰਮੇ ਨਾਲ ਵਿਆਹ ਕਰੇ ਜਾਂ ਪਾਲ ਨਾਲ, ਫਿਰ ਤੁਹਾਡਾ ਐਡਾ ਵੱਡਾ ਕਾਰੋਬਾਰ ਏ, ਕਰਮਾ ਆ ਕੇ ਤੁਹਾਡੇ ਕਾਰੋਬਾਰ 'ਚ ਤੁਹਾਡਾ ਹੱਥ ਵੰਡਾ ਸਕਦਾ ਏ। ਕਰਮਾ ਇੱਕ ਨੰਬਰ ਦਾ ਗਵਾਰ ਤੇ ਨਿਕੰਮਾ ਆਦਮੀ ਹੈ, ਉਹਨੂੰ ਕੀ ਆਉਂਦਾ, ਕੀ ਆਉਂਦਾ ਉਹਨੂੰ, ਕੁਝ ਨਹੀਂ ਆਉਂਦਾ। ਤੇ ਤੁਹਾਨੂੰ ਕੀ ਆਉਂਦਾ ਸੀ, ਤੁਸੀਂ ਵੀ ਤਾਂ ਪਿੰਡ ਵਿੱਚ ਤਾਂਗਾ ਚਲਾਉਂਦੇ ਸੀ। ਕਰਮਾ ਤਾਂ ਨਵੇਂ ਜ਼ਮਾਨੇ ਦੀ ਨਵੀਂ ਪੌਦੇ, ਤੇ ਉਹ ਤੁਹਾਡੇ ਨਾਲੋਂ 4 ਗੱਲਾਂ ਵੱਧ ਹੀ ਜਾਣਦਾ ਹੋਏਗਾ।
ਕੱਟ ਨਹੀਂ। ਨਿੰਮੀ ਪੁੱਤਰ, ਆ ਮੈਂ ਕੀ ਸੁਣ ਰਿਹਾ? ਬੇਟਾ ਤੂੰ ਆਪਣੇ ਪਾਪਾ ਨਾਲ ਗੱਲ ਨਹੀਂ ਕਰੇਗੀ? ਬੇਟਾ ਤੇਰੀ ਮੰਮੀ ਨੇ ਆਖਿਆ ਕਿ ਤੂੰ 2 ਦਿਨਾਂ ਤੋਂ ਕੁਛ ਵੀ ਨਹੀਂ ਖਾਤਾ। ਮੇਰੇ ਬਚਪਨ ਦੇ ਪਿਆਰ ਦੀ ਇੰਨੀ ਇਨਸਲਟ ਕੀਤੀ ਗਈ, ਉਸ ਤੋਂ ਬਾਅਦ ਵੀ ਤੁਸੀਂ ਸੋਚਦੇ ਹੋ ਕਿ ਮੈਨੂੰ ਭੁੱਖ ਲੱਗੇਗੀ? ਪਰ ਪੁੱਤਰ, ਮੈਂ ਤੇ ਜੋ ਵੀ ਕੀਤਾ ਤੇਰੇ ਭਲੇ ਵਾਸਤੇ ਕੀਤਾ। ਜੇ ਤੂੰ ਕਰਮੇ ਨਾਲ ਇੰਨਾ ਹੀ ਪਿਆਰ ਕਰਦੀ ਹੈ ਤੇ ਠੀਕ ਹੈ ਪੁੱਤਰ, ਮੈਂ ਤੇਰਾ ਵਿਆਹ ਕਰਮੇ ਨਾਲ ਕਰ ਦਿਆਂਗਾ। ਸੱਚ ਪਾਪਾ? ਖੁਸ਼ ਪਾਪਾ, ਇੱਕ ਨੰਬਰ ਦੀ ਚੱਲੀ ਕੁੜੀ ਸਾਡੀ। ਆਈ ਲਵ ਯੂ ਪਾਪਾ, ਤੁਸੀਂ ਗ੍ਰੇਟ ਹੋ। ਪਰ ਬੇਟਾ, ਮੇਰੀ ਇੱਕ ਨਿੱਕੀ ਜਿਹੀ ਬੇਨਤੀ ਹੈ। ਦੱਸੋ ਨਾ ਪਾਪਾ। ਬੇਟਾ, ਪਿੰਡ ਦੀ ਜ਼ਿੰਦਗੀ ਨੂੰ ਮੈਂ ਬਹੁਤ ਨੇੜੇ ਤੋਂ ਵੇਖਿਆ ਔਰ ਮੈਂ ਤੇਰਾ ਨੇਚਰ ਵੀ ਜਾਣਨਾ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਵਿਆਹ ਤੋਂ ਬਾਅਦ ਤੇਰਾ ਮਨ ਉਸ ਪਿੰਡ ਵਿੱਚ ਨਹੀਂ ਲੱਗੇਗਾ, ਬਿਲਕੁਲ ਨਹੀਂ ਲੱਗੇਗਾ। ਮੇਰੀ ਬੇਨਤੀ ਸਿਰਫ ਇੰਨੀ ਹੈ ਪੁੱਤਰ ਕਿ ਵਿਆਹ ਤੋਂ ਬਾਅਦ ਤੂੰ ਕਰਮੇ ਨੂੰ ਲੈ ਕੇ ਸਾਡੇ ਕੋਲ ਆ ਜਾਈ, ਆਪਣੇ ਘਰ ਆ ਜਾਈ। ਪੁੱਤਰ, ਮੇਰਾ ਜੋ ਕੁਝ ਵੀ ਹੈ ਉਹ ਤੇਰਾ ਤੇ ਕਰਮੇ ਦਾ ਹੀ ਹੈ ਨਾ, ਠੀਕ ਹੈ ਨਾ ਪੁੱਤਰ? ਕਰਮੇ ਨੂੰ ਲੈ ਕੇ ਤੂੰ ਸਾਡੇ ਘਰ ਆਉਣਾ ਹੈ। ਚੋਪੜਾ ਸਾਹਿਬ, ਅੱਜ ਦਿਨ ਬੜਾ ਖੁਸ਼ੀਆਂ ਦਾ। ਲਓ ਜੀ, ਫੜੋ ਫੜੋ, ਆਓ ਆਓ ਆਓ। ਚੀਅਰਸ! ਬਹੁਤ ਸੋਹਣੀ ਲੱਗਦਾ। ਧੰਨਵਾਦ ਧੰਨਵਾਦ। ਬਸ ਕਰ, ਬਸ ਕਰ, ਬਸ ਕਰ, ਮਰ ਜਾਏਗਾ। ਬਾਈ ਸੁਖਨ, ਤੂੰ ਕਦੇ ਸੋਚਿਆ ਸੀ ਵੀ ਆਪਣੇ ਕਰਮੇ ਦੇ ਵਿਆਹ 'ਚ ਇੰਨੀਆਂ ਰੌਣਕਾਂ ਲੱਗਣਗੀਆਂ? ਤੁਹਾਨੂੰ ਜਗੋ ਤੇਰਵੀਂ ਹੋਈ ਹੈ, ਮੈਂ ਤਾਂ ਜਿਵੇਂ ਜਿਵੇਂ ਹੁਕਮੇ ਤਿਵੇਂ ਤਿਵੇਂ ਕਾਜ, ਸਭ ਉੱਪਰ ਵਾਲੇ ਦਾ ਪ੍ਰਤਾਪ। ਓਏ ਸੁਖਿਆ, ਪ੍ਰਤਾਪ ਉੱਪਰ ਵਾਲੇ ਦਾ ਨਹੀਂ ਹੈ, ਪ੍ਰਤਾਪ ਤੇ ਸਾਡਾ ਹੈ, ਸਾਡਾ। ਸਾਡੀ ਕੁੜੀ ਨੇ ਜਿੱਦ ਕੀਤੀ ਕਿ ਤੇਰੇ ਫਟੀਚਰ ਭਰਾ ਨਾਲ ਵਿਆਹ ਕਰਨਾ ਹੈ, ਅਸੀਂ ਵਿਆਹ ਕਰਤਾ। ਪਰ ਇਸ ਸ਼ਰਤ ਤੇ ਕਿ ਵਿਆਹ ਤੋਂ ਬਾਅਦ ਤੇਰੇ ਭਰਾ ਨੂੰ ਉਹ ਸਾਡੇ ਘਰ ਲਿਆਏਗੀ। ਉਹ ਸਾਡੇ ਘਰ ਤਾਂ ਪਹਿਲੇ ਨੌਕਰੀ ਕਰਨ ਵਾਸਤੇ ਆਇਆ ਸੀ, ਅਸੀਂ ਸੋਚਿਆ ਇਸ ਵਾਰ ਉਹਦੀ ਨੌਕਰੀ ਪੱਕੀ ਕਰ ਦਈਏ। ਮੋਟੀ ਰਕਮ ਦਿਆਂਗਾ, ਮੋਟੀ ਤਨਖਾਹ ਦਿਆਂਗਾ, ਕਰਮਾ ਪਿੰਡ ਦਾ ਰਾਹ ਭੁੱਲ ਜੂਗਾ। ਉਹ ਗੁਰਦੇ ਕਦਿਆਂ ਕਹਿੰਦਾ ਸੀ ਕਰਮੇ ਦੀ ਵਹੁਟੀ ਤਾਂ ਸ਼ਹਿਰ ਦੀ ਪੜ੍ਹੀ ਲਿਖੀ ਹੈ, ਉਹਦਾ ਪਿੰਡ ਚ ਕਿਵੇਂ ਕੀ ਲੱਗੂ? ਤੂੰ ਚੁੱਪ ਕਰ, ਗੁੱਠਲਿਆ ਜਿਹਾ ਫੱਜਾ ਰਹੋ। ਲਿਆ ਜੀ ਮੁਰਗਾ, ਲਿਆ ਲੂਣ ਚੈੱਕ ਕਰੀਏ। ਮੁਰਗਾ ਕਿੱਥੇ ਗਿਆ? ਉਹ ਸਾਰੇ ਹੱਡੀਆਂ ਇੱਦਾਂ ਲਿਆ ਜਿੱਦਾਂ ਫੁੱਲ ਤਾਰਨ ਆਇਆ ਹੁੰਦਾ। ਹੱਡੀਆਂ ਸਾਰੇ ਨੇ ਸਾਫ਼ ਇੱਦਾਂ ਕੀਤੀਆਂ ਜਿੱਦਾਂ ਟੀਨੋ ਪਾਲ ਦਿੱਤੀ ਹੁੰਦੀ ਹੈ। ਚਿੱਟੀਆਂ ਕੱਢਤੀਆਂ ਹੱਡੀਆਂ ਸਾਰੇ, 5 ਨੰਬਰ ਸਫਾਈ ਦੇ ਲੈ ਗਏ ਵੈਸੇ। ਕੀ ਹੋਇਆ ਨਿੰਮੀ, ਕੀ ਸੋਚ ਰਹੀ? ਮੈਂ ਸੋਚ ਰਹੀ ਸੀ ਕਰਮੇ, ਜੇ ਸਾਡੀ ਮੁਲਾਕਾਤ 'ਚ ਦੇਰ ਹੋ ਜਾਂਦੀ, ਮੇਰਾ ਵਿਆਹ ਕਿਤੇ ਹੋਰ ਹੋ ਜਾਂਦਾ ਤੇ ਵਿਆਹ ਤੋਂ ਬਾਅਦ ਮੈਨੂੰ ਅਸਲੇ ਦਾ ਪਤਾ ਲੱਗਦਾ ਤੇ ਫਿਰ ਕੀ ਹੁੰਦਾ?
ऐते हो ही नहीं सकता सी निम्मी, क्योंकि तू करमे दे करमा च लिखी हुई सी। तन्ने कोई होर किवें लै जांदा? पता मैं तेनू किस तरह लभ्या? किस तरह? इस तरह। गुड़ दी रोड़ी सी, शक्कर पूरी सी, किसी ने मेरी निम्मी नूं वेख्या? ए पैड़, ए पैड़, ए पैड़, ए पैड़, मिल गई, मिल गई, मिल गई, मिल गई, मिल गई। सुखे भाजी, सुखे भाजी, अज फिर कुलवंत ते कुलजीत लड़ पए ने घर दे बटवारे नूं लैके। चलो भाजी जल्दी। किसे मूंह चल यार। ओ तेनूं मैं दसदा, तू वड्डा बणया फिरदा तां मैं लै थोड़ी कट जा। तेनूं मैं दसदा वड्डा बणया फिरदा। नी आ देख ले, सारे सियापे तेरे पाए वे है। नी जड़ी हर वेले अपने घर वाले दे कन्न भरदी रहंदी है। नी छजता बोले, छालणी भी बोले, नौ सौ जूहा खा के बिल्ली हज नूं चली। नी ए तो लुट लुट के सारा घर पेक्या दा भरदा कदी। नी मेरे पेक्या तक ना जाई। बलदी बलदी चौथी मुंह नूं ला दूं मैं तेरे। ना ही ना नंगा दे घर हैगा की सी। ਸ਼ਰਮ ਕਰੋ ਨਾ ਮੈਨੂੰ, ਮੈਂ ਦੱਸਾਂ ਤੂੰ ਵੱਡੇ ਕੋਲ ਮਾਰ ਦੂੰ। ਬਸ ਸ਼ਰਮ ਆਣੀ ਚਾਹੀਦੀ। ਸਦਾਈ ਹੋ ਗਏ ਤੂੰ, ਓਏ ਸਦਾਈ ਹੋ ਗਏ ਤੁਸੀਂ। ਹੱਥ ਮਾਰ ਗਈ ਤੇਰੀ। ਸੁੱਖੇ ਵੀਰ ਪਾਣੀ ਸਿਰ ਤੋਂ ਲੰਘਿਆ, ਸਾਡਾ ਫੈਸਲਾ ਕਰਾ ਬਸ। ਕੀ ਫੈਸਲਾ ਕਰਾਂਗਾ ਹੁਣ ਤੂੰ? ਵੱਡੇ ਭਰਾ ਦੇ ਗੱਲ ਨੂੰ ਹੱਥ ਪਾ ਕੇ ਕੀ ਫੈਸਲਾ ਕਰਾਂਗਾ? ਸਰਪੰਚ ਜੀ, ਸੁੱਖੇ ਵੀਰ ਪੰਚਾਇਤ ਬਿਠਾਓ ਤੇ ਵੰਡ ਕਰਾਓ ਸਾਡੀ। ਵੰਡ ਕਰ, ਬਕਵਾਸ ਕਰ ਲਓ ਫੈਸਲੇ ਕਰਾਣੇ ਤੁਸੀਂ, ਬਿਠਾ ਲਓ ਪੰਚਾਇਤ। ਖੋਲੋ ਆਪਣੀ ਬੰਦ ਮੁੱਠੀ ਲੋਕਾਂ ਦੇ ਸਾਹਮਣੇ, ਦੱਸ ਦਿਓ ਲੋਕਾਂ ਨੂੰ ਕਿ ਕਿੰਨੇ ਤੁਹਾਡੇ ਘਰ 'ਚ ਕੌਲੀਆਂ ਨੇ ਤੇ ਕਿੰਨੇ ਤੁਹਾਡੇ ਗਲਾਸ ਨੇ। ਪਾ ਲਓ ਸਿਰ 'ਚ ਸੁਆਹ। ਲੈ ਬਈ ਕੁਲਵੰਤ, ਲੈ ਕੁਲਜੀਤ, ਪੰਚਾਇਤ ਨੇ ਤੁਹਾਡਾ ਫੈਸਲਾ ਕਰਤਾ। ਹਰਨਾਮ ਸਿੰਘ ਜੀ, ਸਰਪੰਚ ਸਾਹਿਬ, ਤੂੰ ਆਪ ਇਹਨਾਂ ਦੇ ਘਰ ਜਾ ਕੇ ਘਰ ਦੀ ਪੂਰੀ ਪੈਮਾਇਸ਼ ਕਰਕੇ ਘਰ ਨੂੰ ਦੋ ਹਿੱਸਿਆਂ 'ਚ ਵੰਡ ਕੇ ਵਿਚਾਲੇ ਕੰਧ ਕਰਾ ਦੇ। ਚੰਗਾ ਸਰਪੰਚ ਸਾਹਿਬ। ਹਾਂ ਬਈ, ਤੁਸੀਂ ਦੋਵੇਂ ਭਰਾਵਾਂ ਨੇ ਕੁਝ ਕਹਿਣਾ ਸੁਣਨਾ? ਜੀ ਨਹੀਂ, ਸਭ ਠੀਕ ਹੈ ਜੀ। ਕੁਲਵੰਤ ਸਿੰਘ, ਹੁਣ ਕਿਹੜੀਆਂ ਸੋਚਾਂ 'ਚ ਪੈ ਗਏ? ਸੁਖਿਆ, ਮੈਂ ਤੇਰੇ ਤੋਂ ਕੁਝ ਪੁੱਛਣਾ ਚਾਹੁੰਦਾ। ਦੱਸ। ਸੁਖਿਆ, ਅਸੀਂ ਦੋਵੇਂ ਭਰਾ ਬਚਪਨ 'ਚ ਇਕੱਠੇ ਖੇਡੇ, ਇਕੱਠੇ ਪੜ੍ਹੇ, ਇੱਕੋ ਰਜਾਈ 'ਚ ਇਕੱਠੇ ਸੁੱਤੇ। ਅੱਜ ਇਹੋ ਜਿਹਾ ਕਿਹੜਾ ਭਾਣਾ ਵਰਤ ਗਿਆ ਕਿ ਅਸੀਂ ਘਰ ਦੇ ਭਾਂਡੇ ਤੱਕ ਵੰਡ ਲਏ? ਅਕਸਰ ਘਰਾਂ 'ਚ ਇਹੀ ਹੁੰਦਾ, ਪਰ ਇੱਦਾਂ ਕਿਉਂ ਹੁੰਦਾ ਸੁਖਿਆ? ਅਕਸਰ ਘਰਾਂ 'ਚ ਨਹੀਂ ਕੁਲਵੰਤ ਸਿੰਘ, ਉਹਨਾਂ ਘਰਾਂ 'ਚ ਹੁੰਦਾ ਜਿੱਥੇ ਨੂੰਹਾਂ ਨਹੀਂ ਨੀਹਾਂ ਵਿਆਹ ਕੇ ਲਿਆਈਆਂ ਜਾਂਦੀਆਂ ਨੇ। ਫਿਰ ਉਹਨਾਂ ਨੀਹਾਂ 'ਤੇ ਦੀਵਾਰਾਂ ਖੜੀਆਂ ਹੁੰਦੀਆਂ ਨੇ। ਕੋਈ ਕੋਈ ਸ਼ੇਰ ਦੀ ਬੱਚੀ ਹੁੰਦੀ ਹੈ ਜਿਹੜੀ ਇਹਨਾਂ ਨੀਹਾਂ ਦੀਆਂ ਇੱਟਾਂ ਨੂੰ ਪੇਕੇ ਛੱਡ ਕੇ ਆਉਂਦੀਆਂ ਨੇ। ਤੂੰ ਕਹਿਣਾ ਚਾਹੁੰਦਾ ਸਾਰਾ ਕਸੂਰ ਬਾਹਰੋਂ ਆਈਆਂ ਘਰ 'ਚ ਕੁੜੀਆਂ ਦਾ ਹੁੰਦਾ? ਨਾ, ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਉਹਨਾਂ ਕੁੜੀਆਂ ਤੋਂ ਵੱਧ ਕਸੂਰ ਹੁੰਦਾ ਬਜ਼ੁਰਗਾਂ ਦਾ। ਉਹਨਾਂ ਬਜ਼ੁਰਗਾਂ ਨੂੰ ਚਾਹੀਦਾ ਪੁੱਤਾਂ ਨੂੰ ਵਿਆਹ ਤੋਂ ਪਹਿਲਾਂ ਹੀ ਅੱਡ ਕਰ ਦੇਣ, ਜਾਂ ਫਿਰ ਉਹਨਾਂ ਬਜ਼ੁਰਗਾਂ 'ਚ ਇੰਨੀ ਕਲਾ ਅਤੇ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਬੰਦ ਮੁੱਠੀ ਦੀ ਉਂਗਲਾਂ ਵਾਂਗ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਣ। ਹਾਂ ਬਈ ਸਟਾਂਕੀ, ਕੀ ਕਹਿੰਦੀ ਪੁੱਤਰ ਆਪਣੇ ਨਵੇਂ ਢਾਬੇ ਦੀ ਕਮਾਈ? ਗੱਲਾਂ ਹਿਲਿਆ ਕਿ ਨਹੀਂ ਸਵੇਰ ਦਾ? ਉਹ ਮਾਲਕੋ, ਵਾਸਤੂ ਸ਼ਾਸਤਰ ਕਹਿੰਦਾ ਸੀ ਕਿ ਇਹਦਾ ਮੂੰਹ ਚੜ੍ਹਦੇ ਪਾਸੇ ਰੱਖਣਾ, ਗਾਹਕ ਇੱਕ ਦੂਜੇ ਦੇ ਪੈਰ ਮੇਧੇ ਫਿਰਨਗੇ। ਇੱਥੇ ਤਾਂ ਸਵੇਰ ਦੀ ਪਤੀਰੇ 'ਤੇ ਮੱਖੀ ਨਹੀਂ ਬੈਠੀ, ਗਾਹਕ ਮੋਇਆ ਵੜਨਾ। ਮੈਂ ਆਹਨਾ ਕਾਕਾ ਪਤਾ ਕਰਾ ਲਈ ਵੀ ਚੜ੍ਹਦਾ ਹੁੰਦਾ ਇੱਧਰ ਹੀ ਆ, ਕਿਉਂਕਿ ਮੈਂ ਤਾਂ ਚੜ੍ਹਦਾ ਸੂਰਜ ਕਦੇ ਵੇਖਿਆ ਨਹੀਂ ਉਹ। ਬਾਕੀ ਗੱਲ ਇਹ ਆ ਪੁੱਤਰਾ, ਦਿਲ ਨਹੀਂ ਛੱਡੀਦਾ। ਹਾਂਜੀ, ਹੁਣੇ ਕੋਈ ਨਾ ਕੋਈ ਹਾਲ ਆ, ਗੱਲ ਕਿਹੜੀ ਆ? ਅਲਖ ਨਿਰੰਜਨ ਹਰ ਹਰ ਮਹਾਦੇਵ। ਹੋ ਗਈ ਸੱਚੇ ਪਾਤਸ਼ਾਹ ਦੀ ਕਿਰਪਾ, ਆਓ ਤੁਰੀ ਆਉਂਦੀ ਬਾਬਿਆਂ ਦੀ ਫੌਜ। ਅਲਖ ਨਿਰੰਜਨ ਹਰ ਹਰ ਮਹਾਦੇਵ। ਸੰਤ ਗਿਰਧਾਰੀ ਲਾਲ ਧੂਣੀ ਵਾਲੇ, ਤੇਰੇ ਨਵੇਂ ਢਾਬੇ ਦੇ ਭਾਗ ਜਗਾਵਣ, ਬਸ ਅੱਜ ਤੋਂ ਬਾਅਦ ਤੇਰੇ ਢਾਬੇ ਦੀ ਤਕਦੀਰ ਬਦਲ ਜਾਊ। ਉਹ ਜਾ ਸਟਾਂਕੀ, ਦੌੜ ਕੇ ਜਾ, ਤਿੰਨ ਥਾਲੀਆਂ ਲਵਾ ਛੇਤੀ ਕਰ। ਭਾਜੀ ਅਸੀਂ ਚਾਰ ਆ। ਉਹਦੇ ਨਾਲ ਤੰਦੂਰੀਆਂ ਨੂੰ ਕਹਿ ਵੀ ਕਾਕਾ ਉਹ ਤਾਲੀਆਂ ਮਾਰਨੀਆਂ ਸ਼ੁਰੂ ਕਰੇ। ਹੈਂ ਜੀ, ਅੱਜ ਤੋਂ ਬਾਅਦ ਤੇਰਾ ਢਾਬਾ ਦਿਨ ਦੁਗਣੀ ਰਾਤ ਚੁਗਣੀ
ਤਰੱਕੀ ਕਰੇਗਾ। ਉਹ ਕਾਕਾ ਚੁੱਪ ਰੋ, ਤੰਦੂਰੀ ਦੇਸੀ ਘਿਓ ਨਾਲ ਤੇ ਨਾਲੇ ਸ਼ਾਹੀ ਪਨੀਰ ਚ ਸੁੱਟ ਛੋਟੀਆਂ ਲਾਚੀਆਂ ਲਿਆ ਤਿੰਨ ਪਲੇਟਾਂ ਲਵਾ ਕੇ। ਭਾਜੀ ਅਸੀਂ ਚਾਰ ਜਾਣੇ ਆ। ਤੇਰਾ ਟਾਬਾ 5 ਸਟਾਰ ਹੋਟਲ ਵਿੱਚ ਬਦਲ ਜਾਊਗਾ। ਬਾਬਾ ਜੀ 5 ਸਟਾਰ ਲਈ ਥਾਂ ਥੋੜੀ ਨਹੀਂ ਲੱਗਦੀ ਤੁਹਾਨੂੰ। ਚਲੋ ਉਹ ਜਾਣੇ ਬਾਬੇ ਬਣਾਉਣ ਦੇ ਸਾਨੂੰ ਕੀ ਹੈ। ਉਹ ਕਾਕਾ ਇਦਾਂ ਕਰੋ, ਸ਼ਾਹੀ ਪਨੀਰ ਨਾਲ ਮਲਾਈ ਕੋਫਤਾ ਵੀ ਲਿਆ ਤਿੰਨ ਪਲੇਟਾਂ। ਭਾਜੀ ਅਸੀਂ ਤਾਂ ਚਾਰ ਜਾਣੇ ਆ। ਬੱਚਾ, ਸੰਤਾਂ ਦੀ ਕਿਰਪਾ ਨਾਲ ਤੇਰੇ ਥੱਲੇ 35 ਲੱਖ ਦੀ 35 ਫੁੱਟ ਲੰਬੀ ਗੱਡੀ ਆਉਣ ਵਾਲੀ ਹੈ ਬੱਚਾ। ਉਹ ਕਾਕਾ ਠੰਡੀ ਖੀਰ ਦੀਆਂ ਲਿਆ ਅੰਦਰੋਂ 3 ਕਵਲੀਆਂ। ਭਾਜੀ ਖੀਰ ਤੇ 4 ਮੰਗਾ ਲੋ। ਉਹ ਖੀਰ 4 ਕਰ ਦਈ ਓ ਕਾਕਾ, ਹੁਣ ਖੁਸ਼ ਜੋ ਬਾਬਿਓ। ਬਾਲਕ, ਆਪਣੇ ਆਰਡਰ ਤੋਂ ਬਹੁਤ ਦੇ ਦਿਆ ਪਰ ਅੰਦਰ ਸੇ ਬਾਹਰ ਕੁਛ ਆਇਆ ਨਹੀਂ। ਉਹ ਬਾਬਾ ਜੀ ਗੱਲ ਦਰਅਸਲ ਇਹ ਆ, ਉਰਾ ਹੋ ਜਰਾ ਗੱਲ ਸੁਣ ਜਰਾ। ਭਾਈ ਗੱਲਾਂ ਦਾ ਕੜਾ ਤੁਸੀਂ ਬਣਾਈ ਜਾਂਦੇ ਹੋ ਤੇ ਗੱਲਾਂ ਦਾ ਕੜਾ ਮੈਂ ਬਣਾਉਣ ਦਿਆਂ? ਜੇ ਕੋਈ ਦਵਾਨੀ ਬੋਝ ਜੇ ਹੈ ਵਾ, ਕੋਈ ਠੱਗਿਆ ਕਿਸੇ ਕੋਲੋਂ ਸਵੇਰ ਦਾ ਪੈਸਾ ਤੇ ਲਾ ਤੇ ਰੋਟੀ ਖਾ ਲਓ, ਨਹੀਂ ਤੇ ਆਓ ਰਾਹ ਜਾਵਾਂ। ਮੂੰਹ ਸੰਭਾਲ ਕੇ ਬੋਲ, ਨਹੀਂ ਤਾਂ ਬਾਬੇ ਤੈਨੂੰ ਸ਼ਰਾਬ ਦੇ ਦੇਣਗੇ। ਲੈ ਦੱਸ, ਹੋਈ ਕਿ ਨਾ ਉਹ ਗੱਲ? ਮੈਂ ਅੱਗੇ ਕਹਿਣ ਡਿਆ ਬਾਬਾ ਮੈਨੂੰ ਸ਼ਰਾਬ ਵੇਚਣ ਵਾਲਾ ਲੱਗਦਾ। ਉਰਾ ਕਰੋ ਗਲਾਸੀ ਕਾਕਾ, ਬਾਬਾ ਜੀ ਇਹ 'ਚ ਕੁਆਟਰ ਕ ਪਾ ਦਿਓ। ਹਾਂ ਮੂਰਤ, ਸ਼ਰਾਬ ਨਹੀਂ, ਸ਼ਰਾਬ ਸ਼ਰਾਬ ਅਸੀਂ ਤੈਨੂੰ ਕਰਸ ਦੇ ਦੇਵਾਂਗੇ। ਉਰਾ ਗੱਲ ਸੁਣ, ਇਹਦੇ ਨਾਲ ਬੱਕੀ ਪਾੜਨੀ, ਤੈਨੂੰ ਮੈਂ ਦੱਸਾਂ ਤੇਰੀ ਭੰਡੀ ਦੇ ਪੱਤਰ ਬਣ ਕੇ ਤੈਨੂੰ ਦੱਸਾਂ ਗੰਦ ਪਾ ਤੂੰ ਜਿਹੜਾ। ਚਲੋ ਜੋ ਵਟਿਆ ਸੋ ਖੱਟਿਆ, ਇਹਨੂੰ ਤਾਂ ਧਰਾਂ ਕਾਕਾ ਅੰਦਰ, ਇਹਦੇ ਨਾਲ ਚਟਣੀ ਕੁੱਟਿਆ ਕਰਾਂਗੇ। ਬਾਈ ਕਰਮੇ, ਅੱਜ ਮੈਂ ਬਹੁਤ ਖੁਸ਼ ਹਾਂ ਜੀ। ਬਚਪਨ 'ਚ ਵਿਛੜੀ ਸਾਡੀ ਨਿੰਮੀ ਅੱਜ ਫਿਰ ਸਾਡੇ ਘਰ 'ਚ ਆ ਗਈ। ਹੁਣ ਤੂੰ ਆ ਗਈ ਏ ਤੇ ਮੈਨੂੰ ਫਰਕ ਕਰ। ਦੱਸੋ ਵੀਰ ਜੀ, ਮੈਂ ਕੀ ਕਰ ਸਕਦੀ ਹਾਂ? ਬਈ ਤੂੰ ਇਸ ਘਰ ਦੀ ਜ਼ਿੰਮੇਵਾਰੀ ਸਾਂਭ, ਇਹਨੂੰ ਤੋੜ ਆਪਣੇ ਹੱਥੀ ਤੇ ਨਾਲੇ ਇਹਦੇ ਸਿਰ ਤੋਂ ਪਾਣੀ ਵਾਰ ਕੀਤੀ। ਤੁਹਾਨੂੰ ਕੋਈ ਇਤਰਾਜ਼ ਹੈ ਬਈ? ਬਿਲਕੁਲ ਨਹੀਂ ਵੀਰ ਜੀ। ਪੱਕਾ? ਹਾਂਜੀ ਵੀਰ ਜੀ, ਛੇਤੀ ਭਾਬੀ ਨੂੰ ਚਾਬੀ ਦੇ ਕੇ ਸਾਨੂੰ ਸੁਖਾਲਾ ਕਰ ਦਿਓ ਤੁਸੀਂ। ਸੁਖਾਲਾ ਕਿਵੇਂ? ਆਹੋ, ਥੋੜੀ ਜੇਬ ਹੱਥ ਮਾਰਨਾ ਔਖਾ ਹੈ ਪਰ ਭਾਬੀ ਦੇ ਪਰਸ ਤੋਂ ਜੱਜ ਹੀ ਕੀਤਾ ਕੱਢ ਲਿਆ ਕਰਾਂਗੇ। ਐ ਲੈ ਸਾਂ ਪੁੱਤਰਾ। ਓਏ ਬੱਲੇ ਬੱਲੇ ਬੱਲੇ, ਬਸ ਬਸ, ਗੁਰੂ ਭਲਾ ਕਰੇ, ਗੁਰੂ ਭਲਾ ਕਰੇ। ਸੱਚੇ ਪਾਤਸ਼ਾਹ, ਪਹਿਲੀ ਪਾਤਸ਼ਾਹੀ ਸਾਡੇ ਛੋਟੇ ਜਿਹੇ ਪਰਿਵਾਰ ਨੂੰ ਕਿਸੇ ਦੀ ਬੁਰੀ ਨਾ। ਪਾਪਾ ਤੁਸੀਂ? ਬੇਟਾ ਮੇਰੇ ਕੋਲ ਟਾਈਮ ਨਹੀਂ ਹੈ, ਆਪਣਾ ਤੇ ਕਰਮੇ ਦਾ ਸਮਾਨ ਮੇਰੀ ਗੱਡੀ ਚ ਰੱਖ ਤੇ ਚੱਲ ਮੇਰੇ ਨਾਲ। ਪਰ ਪਾਪਾ, ਮੈਂ ਤੇ ਤੁਹਾਨੂੰ ਫੋਨ ਤੇ ਮਨਾ ਕੀਤਾ ਸੀ ਕਿ ਤੁਸੀਂ ਮੈਨੂੰ ਲੈਣ ਨਾ ਆਣਾ। ਫੋਨ ਤੇ ਤੂੰ ਹੁਣ ਨਾ ਕੀਤੀ ਹੈ, ਵਿਆਹ ਤੋਂ ਪਹਿਲਾਂ ਤਾਂ ਹਾਂ ਕੀਤੀ ਸੀ ਨਾ। ਇਸ ਲਈ ਕਿ ਵਿਆਹ ਤੋਂ ਪਹਿਲਾਂ ਮੈਂ ਸੁੱਖੇ ਵੀਰ ਜੀ ਤੇ ਚੰਨੀ ਨੂੰ ਨਹੀਂ ਸੀ ਮਿਲੀ ਤੇ ਗੁੱਡੀ ਨੂੰ ਵੀ ਨਹੀਂ ਸੀ ਵੇਖਿਆ। ਅੱਜ ਦੀ ਇੱਕ ਰਾਤ ਜੇਕਰ ਤੁਸੀਂ ਵੀ ਸਾਡੇ ਨਾਲ ਗੁਜ਼ਾਰ ਕੇ ਵੇਖ ਲਓ ਨਾ ਪਾਪਾ, ਤਾਂ ਹੋ ਸਕਦਾ ਕੱਲ ਨੂੰ ਤੁਹਾਡਾ ਵੀ ਇੱਥੋਂ ਜਾਣ ਨੂੰ ਦਿਲ ਨਾ ਕਰੇ। ਕੀ ਫਾਇਦਾ ਹੋਇਆ ਨਿੰਮੋ ਤੈਨੂੰ ਕਾਨਵੈਂਟ ਸਕੂਲ 'ਚ ਪੜ੍ਹਾਉਣ ਦਾ, ਜੋ ਤੂੰ ਇਸ ਨਿਹਾਇਤ ਘਟੀਆ ਜਗ੍ਹਾ ਤੇ ਰਹਿਣ ਦਾ ਫੈਸਲਾ ਕਰੀ ਬੈਠੀ ਹੈ? ਵੇਖ ਵੇਖ, ਇਹ ਸਭ ਵੇਖ, ਇਹ ਕੋਈ ਇਨਸਾਨਾਂ ਦੇ ਰਹਿਣ ਦੀ ਜਗ੍ਹਾ ਹੈ? ਇਹੀ ਤਾਂ ਇਨਸਾਨਾਂ ਦੀ ਰਹਿਣ ਦੀ ਜਗ੍ਹਾ ਹੈ ਪਾਪਾ, ਜਿੱਥੇ ਆ ਕੇ ਮੈਂ ਆਪਣੇ ਆਪ ਨੂੰ ਲੱਭਿਆ। ਸਿਰ ਢੱਕ ਕੇ ਗੁਰਦੁਆਰੇ ਜਾਣਾ ਤੁਸੀਂ ਮੈਨੂੰ ਸਿਖਾਇਆ, ਪਰ ਸ਼ਰਧਾ ਨਾਲ ਸਿਰ ਨਵਾ ਕੇ ਮੱਥਾ ਟੇਕਣਾ, ਮੈਨੂੰ ਇਸ ਪਿੰਡ 'ਚ ਆਇਆ ਧੀ ਬਣ ਕੇ ਮੈਂ ਤੁਹਾਡੇ ਘਰ ਰਹੀ, ਪਰ ਨੂੰ ਬਣਨ ਦਾ ਮਾਨ ਮੈਂ ਇਸ ਘਰ ਵਿੱਚ ਪਾਇਆ। ਮੈਨੂੰ ਆਸ਼ੀਰਵਾਦ ਦਿਓ ਪਾਪਾ ਕਿ ਤੁਹਾਡੀ ਧੀ ਸਹੁਰਿਆਂ ਘਰ ਸੁਖੀ ਰਹੇ। ਮੈਂ ਇੱਥੇ ਆਸ਼ੀਰਵਾਦ ਵੰਡਣ ਨਹੀਂ ਆਇਆ। ਦੋ ਲਫ਼ਜ਼ਾਂ 'ਚ ਬੋਲ, ਤੂੰ ਤੇ ਕਰਮਾ ਮੇਰੇ ਨਾਲ ਚੱਲੋਗੇ ਕਿ ਨਹੀਂ? ਨਹੀਂ ਨਹੀਂ, ਕਦੇ ਨਹੀਂ, ਮੈਂ ਆਪਣੇ ਇਸ ਘਰ ਨੂੰ ਛੱਡ ਕੇ ਕਦੇ ਨਹੀਂ ਜਾਵਾਂਗੀ, ਜਿਉਂਦੀ ਜੀ ਵੀ ਨਹੀਂ ਤੇ ਮਰ ਕੇ ਵੀ ਨਹੀਂ। ਸਫ਼ਰ ਕਾਫ਼ੀ ਲੰਬਾ ਹੈ ਤਨਵੰਤ ਸਿੰਘਾ, ਅਤੇ ਤੂੰ ਇਕੱਲਾ। ਕੋਈ ਚਾਹ ਪਾਣੀ ਪੀ ਜਾਂਦਾ ਤਾਂ ਚੰਗਾ ਸੀ। ਨਿੰਮੀ ਦਾ ਹੌਸਲਾ ਨਾ ਟੁੱਟੇ। ਹਾਂ।
ਐਵੇਂ ਨਹੀਂ ਨਿੰਮੀ ਹੈ ਨਿੰਮੋ ਨਾ ਨਾ ਤੂੰ ਰੋ ਰਹੀ ਦੇਖ ਤੇਰੀ ਅੱਖ ਤਾਂ ਹੈ ਮੋਤੀ ਅੱਜ ਇਸ ਘਰ ਦੀ ਮਾਨ ਮਰਿਆ ਤਾਂ ਤੇ ਪਿਆਰ ਨਾਲ ਭਰਿਆ ਹੋਇਆ ਜੇ ਅੱਜ ਕਿਤੇ ਟੁੱਟ ਜਾਂਦਾ ਨਾ ਤੇ ਨਾਲੇ ਮੇਰਾ ਦਿਲ ਵੀ ਟੁੱਟ ਜਾਣਾ ਸੀ ਹੁਣ ਇਸ ਮੋਤੀ ਦੀ ਕਦਰ ਸਾਡਾ ਸਾਰਾ ਟੱਪਰ ਮਿਲ ਕੇ ਪਾਏਗਾ ਨਿੰਮੀ ਮਿਲ ਕੇ ਪਾਏਗਾ ਗੁੱਡੀਆ ਸੁਣ ਬਿਲਕੁਲ ਨਹੀਂ ਗੁੱਡੀਆ ਮੇਰੀ ਗੱਲ ਤਾਂ ਸੁਣ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਤੇ ਨਾ ਹੀ ਮੈਨੂੰ ਤੇਰਾ ਕੋਈ ਗਿਫਟ ਚਾਹੀਦਾ ਹੁਣ ਇਹਨੂੰ ਮੋੜਨ ਮੈਂ ਸ਼ਹਿਰ ਜਾਵਾਂ ਮੈਂ ਤੈਨੂੰ ਕਿਹਾ ਸੀ ਲੈ ਕੇ ਆਉਣ ਲਈ ਚੱਲ ਜੇ ਲੈ ਹੀ ਆਇਆ ਤਾਂ ਕੀ ਹੋਇਆ ਕਿਉਂ ਮੇਰੇ ਵੀਰ ਹੈ ਨਹੀਂ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਈ ਨਾ ਮੈਂ ਆਪੇ ਉਹਨਾਂ ਤੋਂ ਮੰਗਾ ਲੂੰਗੀ ਨੀ ਗੁੱਡੀ ਕੀ ਗੱਲ ਹੋ ਗਈ ਤੁਸੀਂ ਦੋਵੇਂ ਕਿਉਂ ਲੜੇ ਜਾਂਦੇ ਹੋ ਦੇਖ ਨਾ ਭਾਬੀ ਆਖੇ ਮਾਨ ਨਾ ਮਾਨ ਮੈਂ ਤੇਰਾ ਮਹਿਮਾਨ ਮੈਂ ਤਾਂ ਕੁਝ ਮੰਗਵਾਇਆ ਨਾ ਵਾਸਤਾ ਇਹ ਐਵੇਂ ਮੇਰੇ ਲਈ ਚੂੜੀਆਂ ਚੁੱਕੀ ਫਿਰਦਾ ਭੈਣਾ ਲੈ ਹੁਣ ਤੂੰ ਹੀ ਇਨਸਾਫ ਕਰ ਮੈਂ ਸ਼ਹਿਰ ਗਿਆ ਸੀ ਆਪਣੇ ਲਈ ਬਿਲਟਾਂ ਤੇ ਕਿਤਾਬਾਂ ਲੈਣ ਤਾਂ ਇਹਦੇ ਵਾਸਤੇ ਲਾਲ ਚੂੜੀਆਂ ਲੈ ਆਇਆ ਹੁਣ ਤੂੰ ਹੀ ਦੱਸ ਮੈਂ ਕੀ ਕਰਾਂ ਇਹਦੇ ਵਿੱਚ ਲੜਨ ਦੀ ਕੀ ਗੱਲ ਹੈ ਮੈਂ ਇਹਨੂੰ ਕੁਝ ਦੇ ਹੀ ਰਿਹਾ ਇਹ ਤੂੰ ਕੁਝ ਲੈ ਤੇ ਨਹੀਂ ਰਿਹਾ ਨਾ ਗੁੱਡੀ ਇੱਧਰ ਆ ਇਹ ਲਾਲ ਰੰਗ ਦੀ ਚੂੜੀਆਂ ਤੈਨੂੰ ਕੁਝ ਕਹਿ ਰਹੀਆਂ ਨੇ ਇਹਨਾਂ ਦੀ ਆਵਾਜ਼ ਤੇਰੇ ਕੰਨਾਂ ਨੇ ਸੁਣੀ ਨਹੀਂ ਮੈਂ ਸੁਣ ਲਈ ਹੈ ਤੂੰ ਚੱਲ ਅੰਦਰ ਤੇ ਸੁਣ ਤੂੰ ਵੀ ਆਪਣੇ ਘਰ ਜਾ ਤੁਹਾਡਾ ਫੈਸਲਾ ਮੈਂ ਕਰਦੀ ਹਾਂ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂਜ ਲੈ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੋਲੋ ਨਾ ਬੇਟਾ ਜੀ ਗੁੱਡੀ ਜਵਾਨ ਹੋ ਗਈ ਹੈ ਤੇ ਉਹਦੇ ਵਿਆਹ ਬਾਰੇ ਤੁਸੀਂ ਸੋਚਿਆ ਕੁਛ ਉਹ ਡਿਊਟੀ ਮੈਂ ਕਪੂਰ ਸਿੰਘ ਦੀ ਲਾਈ ਹੋਈ ਹੈ ਉਹ ਸ਼ਹਿਰ ਜਾਂਦਾ ਆਂਦਾ ਰਹਿੰਦਾ ਕੋਈ ਚੰਗਾ ਜਿਹਾ ਮੁੰਡਾ ਵੇਖ ਕੇ ਦੱਸ ਦੇਗਾ ਪਰ ਕਪੂਰ ਅੰਕਲ ਦੇ ਮੁੰਡੇ ਹਰਭਜਨ 'ਚ ਕੀ ਬੁਰਾਈ ਹੈ ਕੋਈ ਬੁਰਾਈ ਨਹੀਂ ਪਰ ਉਹਦੇ ਬਾਰੇ ਕਦੇ ਮੈਂ ਸੋਚਿਆ ਹੀ ਨਹੀਂ ਪਰ ਉਹ ਦੋਵੇਂ ਤਾਂ ਸੋਚੀ ਬੈਠੇ ਨੇ ਇਹ ਗੱਲ ਵੱਖਰੀ ਹੈ ਕਿ ਉਹ ਦੋਵੇਂ ਉੱਤੋਂ ਉੱਤੋਂ ਲੜਦੇ ਰਹਿੰਦੇ ਨੇ ਅੱਛਾ ਰੱਬ ਦੁਨੀਆ ਦੀ ਬੁਰੀ ਨਜ਼ਰ ਤੋਂ ਬਚਾਏ ਇਹ ਜਿਹੀ ਜੋੜੀ ਤਾਂ ਸਬਬ ਨਾਲ ਹੀ ਬਣਦੀ ਹੈ ਕਪੂਰ ਸਿੰਘ ਦਾ ਓਏ ਇਹ ਖਿਆਲ ਪਹਿਲਾਂ ਕਿਉਂ ਨਹੀਂ ਆਇਆ ਮੈਨੂੰ ਨਹੀਂ ਤਾਂ ਹੁਣ ਤਾਂ ਨਹੀਂ ਤੇ ਗੁੱਡੀ ਦੀ ਡੋਲੀ ਮੈਂ ਕਦੀ ਤੋੜ ਦੇਣੀ ਸੀ